स्काई न्यूज़ देखने वाले श्रोतियां नूं सीरत संधू की आदर भरी सत श्रीकाल। अज गल होवेगी कि आखिर बीजेपी किवें चार चुफेरे शिकंजे कस रही है, जिथे जनता दीआं ख्वाहिशां दे विरुद्ध अजिहे कानून बनाए जा रहे हैं जिहड़े लोगों लई मुसीबत बन सकते हैं। इन्हां ते देश की जनता ही सवाल चुक रही है। ये कानून जिवें कि किसान दे लई खेती कानून अते मीडिया का विशा लै लो, जनता दे नाल उन्हां हुण उन्हां पार्टियां दी सरकार ते शिकंजे कस रही है। जिथे आप नहीं जित सके इसकी वड्डी उदाहरण है GNCTD अमेंडमेंट बिल, जिहड़े मार्च के महीने पास होया सी। अमेंडमेंट का मतलब हुंदा है सोध करना। ये नवे बिल पास करके दिल्ली की आवाम नूं घेरे विच लैण दी कोशिश हो रही है। इस बारे इन्होंने कहा है कि दिल्ली विच सरकार का मतलब है लैफ्टिनेंट गवर्नर, ते नाल ही रोज़मर्रा की जिंदगी विच जिहड़ी दिल्ली की सरकार करना चाहती है, जिवें कि ऑड इवन का बिल हुण तों लैफ्टिनेंट गवर्नर ते निर्भर होवेगा। ਉਹੀ ਤੈਅ ਕਰਨਗੇ ਕਿ ਉਹ ਦਿੱਲੀ ਵਿੱਚ ਕਿਹੜਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ ਤੇ ਕਿਹੜਾ ਨਹੀਂ। ਹੁਣ ਸਰਕਾਰੀ ਫੈਸਲੇ ਲੈਫਟੀਨੈਂਟ ਗਵਰਨਰ ਦੇ ਹਸਤਾਖਰ ਤੋਂ ਬਿਨਾ ਨਹੀਂ ਹੋਣੇ, ਉਹਨਾਂ ਦੀ ਇਜਾਜ਼ਤ ਲੈਣੀ ਪੈਣੀ ਹੈ। ਵੇਖਿਆ ਜਾਵੇ ਤਾਂ ਚੀਫ ਮਿਨਿਸਟਰ ਦਾ ਰੋਲ ਜ਼ੀਰੋ ਤੇ ਲੈਫਟੀਨੈਂਟ ਗਵਰਨਰ ਦਾ ਰੋਲ ਹੀਰੋ ਕਰ ਦਿੱਤਾ ਗਿਆ। ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੁਣ ਦੇ ਰਾਜਪਾਲ ਅਨਿਲ ਬੈਜਲ ਤੇ ਸਾਬਕਾ ਗਵਰਨਰ ਨਜੀਬ ਜੰਗ ਦੇ ਨਾਲ ਟਕਰਾ ਰਿਹਾ। ਇਹ ਟਾਕਰਾ ਸਰਕਾਰ ਦੀਆਂ ਸ਼ਕਤੀਆਂ ਯਾਨੀ ਕਿ ਪਾਵਰਸ ਨੂੰ ਲੈ ਕੇ ਸਮੇਂ-ਸਮੇਂ ਤੇ ਵੇਖਣ ਨੂੰ ਮਿਲਦਾ ਰਿਹਾ। ਅਰਵਿੰਦ ਕੇਜਰੀਵਾਲ ਹਮੇਸ਼ਾ ਹੀ ਇਹ ਕਹਿੰਦੇ ਨੇ ਜੇਕਰ ਉਹਨਾਂ ਨੂੰ ਦਿੱਲੀ ਦੀ ਜਨਤਾ ਨੇ ਮੁੱਖ ਮੰਤਰੀ ਚੁਣਿਆ ਤਾਂ ਫੈਸਲਾ ਲੈਣ ਦਾ ਅਧਿਕਾਰ ਸਿਰਫ ਉਹਨਾਂ ਦਾ ਹੀ ਹੋਣਾ ਚਾਹੀਦਾ। ਲੇਕਿਨ ਗਵਰਨਰ ਕਈ ਵਾਰੀ ਉਹਨਾਂ ਦੇ ਫੈਸਲਿਆਂ ਵਿੱਚ ਅੜਚਣ ਬਣ ਕੇ ਦਿੱਲੀ ਦੇ ਵਿਕਾਸ ਨੂੰ ਰੋਕ ਦਿੰਦੇ ਹਨ। ਤੁਸੀਂ ਸੋਚਦੇ ਹੋਵੋਗੇ ਕਿ ਇਸ ਵਿੱਚ ਰੋਸਜਨਕ ਕੀ ਗੱਲ ਹੈ। ਉਹ ਇਹ ਹੈ ਕਿ ਦਿੱਲੀ ਦੀ ਸਰਕਾਰ ਤਾਂ ਲੋਕ ਚੋਣਾਂ ਰਾਹੀਂ ਚੁਣਦੇ ਹਨ, ਪਰ ਹਰ ਯੂਨੀਅਨ ਟੈਰੀਟਰੀ ਅਤੇ ਸਟੇਟ ਦਾ ਗਵਰਨਰ ਅਤੇ ਲੈਫਟੀਨੈਂਟ ਗਵਰਨਰ ਚੁਣੇ ਨਹੀਂ ਜਾਂਦੇ, ਦੇਸ਼ ਵੱਲੋਂ ਨਿਯੁਕਤ ਕੀਤੇ ਜਾਂਦੇ ਨੇ ਦੇਸ਼ ਦੀ ਸਰਕਾਰ ਵੱਲੋਂ। ਰਾਜਨੀਤਿਕ ਪਾਰਟੀਆਂ ਅਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਆਪਣੇ ਹਿੱਤ ਦੇ ਬੰਦਿਆਂ ਨੂੰ ਹੀ ਇਹ ਅਹੁਦੇ ਸੌਂਪਣਗੇ। ਇਹਨਾਂ ਦੇ ਬੰਦੇ ਉਹੀ ਕਰਨਗੇ ਜੋ ਇਹ ਕਹਿਣਗੇ ਅਤੇ ਜੋ ਉਹਨਾਂ ਤੋਂ ਕਰਾਉਣਗੇ। ਸੋ ਮੁੱਕਦੀ ਗੱਲ ਇਹ ਹੈ ਕਿ ਇਸ ਬਿੱਲ ਦੇ ਪਾਸ ਹੋਣ ਮਗਰੋਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਦੀ ਜਨਤਾ ਨਾਲ ਧੱਕਾ ਕੀਤਾ। ਇਹ ਰੂਲ ਪਾਸ ਕਰਕੇ ਚਾਰੋਂ ਪਾਸੇ ਹਾਹਾਕਾਰ ਪਹਿਲਾਂ ਹੀ ਮੱਚੀ ਹੋਈ ਸੀ ਅਤੇ ਹੁਣ ਬੀਜੇਪੀ ਦੀ ਸਰਕਾਰ ਨੇ ਮੁੜ ਬਲ ਦੀ ਅੱਗ ਵਿੱਚ ਬਾਲਣ ਝੋਕ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ, ਕਿਉਂਕਿ ਹੁਣ ਤਾਂ ਦਿੱਲੀ ਵਿੱਚ ਉਹੀ ਹੋਵੇਗਾ ਜੋ ਲੈਫਟੀਨੈਂਟ ਗਵਰਨਰ ਜੀ ਚਾਹੁਣਗੇ। ਆਪਣੇ ਵਿਰੋਧੀ ਬੀਜੇਪੀ ਸਰਕਾਰ ਨੇ ਲੋਕਾਂ ਦੇ ਕੰਨ ਫੜਨੇ ਸੀ, ਇਸ ਲਈ ਜਿਹੜਾ ਹੱਥਕੰਡਾ ਚਲਾਉਣਾ ਪਿਆ ਉਹੀ ਚਲਾਉਣਗੇ। ਹੁਣ ਤਾਂ ਇਹ ਜਾਪਦਾ ਕਿ ਇਹਨਾਂ ਨੇ ਆਪਣੇ ਪਰਿਵਾਰਾਂ ਤੋਂ ਇਲਾਵਾ ਬਾਕੀ ਸਾਰੇ ਪਰਿਵਾਰਾਂ 'ਤੇ ਸਰਕਾਰਾਂ ਦੀ ਤੌਬਾ ਤੌਬਾ ਕਰਵਾਈ ਹੋਈ ਹੈ। ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਆਗਿਆ ਲੈਣਾ ਚਾਹੁੰਦੀ ਹਾਂ ਅਤੇ ਅੱਗੇ ਫਿਰ ਪੇਸ਼ ਕਰਾਂਗੀ ਕੋਈ ਬਹੁਤ ਚਰਚਿਤ ਨਵਾਂ ਵਿਸ਼ਾ ਜਿਸ ਨੂੰ ਜਾਣਨ ਦੀ ਤੁਹਾਡੀ ਹੋਵੇਗੀ ਖੁਆਇਸ਼। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।